ਮੇਰਾ ਨਾਮ ਹੈਗਾ ਜੀ ਸਿਮਰ ਸੰਧੂ, ਵੈਸੇ ਮੇਰਾ ਫੁੱਲ ਨੇਮ ਸਿਮਰਨਜੀਤ ਕੌਰ ਆ ਔਰ ਇਸ ਲਾਈਨ ਦੇ ਵਿੱਚ ਮੇਰਾ ਨਾਮ ਸਿਮਰ ਸੰਧੂ ਆ। ਮੈਮ ਇੱਕ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾ ਤੁਸੀਂ ਕੁਝ ਬੋਲਦੇ ਵੀ ਦਿਖਾਈ ਦੇ ਰਹੇ ਹੋ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਾਨੀ ਕੀ ਪੂਰਾ ਵਿਵਾਦ ਕੀ ਹੋਇਆ ਸੀ ਉਹਦੇ ਬਾਰੇ ਥੋੜਾ ਦੱਸ ਦਿਓ। ਉਹ ਵਿਵਾਦ ਜੀ ਇਹ ਹੋਇਆ ਸੀਗਾ, ਸਾਨੂੰ ਰੈਗੂਲਰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਬਟ ਇਹ ਜਿਹੜਾ ਵਿਵਾਦ ਸੀਗਾ ਜ਼ਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿ ਦਿੰਦੇ ਆਪਾਂ ਕਿ ਹਾਈਲਾਈਟ ਨਹੀਂ, ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿਹ 'ਚ ਮੈਂ ਹਰਟ ਹੋਈ ਹੋਵਾਂ। ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇੱਦਾਂ ਦੀਆਂ, ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਦੇ ਹਾਂ, ਕੋਈ ਬੈਡ ਮਤਲਬ ਇਸ਼ਾਰੇ ਕਰ ਇੰਗਲਾਂ ਉਂਗਲਾਂ ਕਰ ਰਿਹਾ ਜੋ ਵੀ ਆ ਆਪਾਂ ਇਗਨੋਰ ਕਰ ਦਿੰਦੇ, ਆਪਾਂ ਦੂਜੇ ਪਾਸੇ ਲੱਗ ਜਾਂਦੇ ਆਪਣਾ ਧਿਆਨ ਹਟਾ ਕੇ, ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਦੀ ਪਰਫੋਰਮ ਵੱਲ ਧਿਆਨ ਦੇਣਾ ਆ, ਬਸ ਠੀਕ ਆ ਓਕੇ। ਅਤੇ ਇਸ ਬੰਦੇ ਨੇ ਕੀ ਕੀਤਾ, ਮੈਨੂੰ ਕਹਿੰਦਾ ਕਿ ਤੂੰ ਸਟੇਜ 'ਤੇ ਨੀਚੇ ਆ ਕੇ ਡਾਂਸ ਕਰ, ਠੀਕ ਆ। ਮੈਂ ਇਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ, ਮੈਂ ਇਕੱਲੀ ਖੜੀ ਸੀ ਅਤੇ ਮੈਨੂੰ ਕਹਿੰਦਾ ਨੀਚੇ ਆ ਕੇ ਡਾਂਸ ਕਰ, ਆਪਣੀ ਪੈਸੇ ਦੀ ਧੌਂਸ ਦਿਖਾ ਰਿਹਾ ਸੀ ਮੈਨੂੰ। ਅਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ ਨੀਚੇ ਆਉਣਾ, ਕਹਿੰਦਾ ਤੂੰ ਜਾਓ, ਮੈਨੂੰ ਕਹਿੰਦਾ ਤੂੰ ਸਟੇਜ ਤੋਂ ਨੀਚੇ ਜਾ। ਮੈਂ ਕਿਹਾ ਠੀਕ ਆ, ਮੈਂ ਕਿਹਾ ਮੈਂ ਚੱਲ ਜਾਂਦੀ ਹਾਂ। ਇੱਕ ਵਾਰੀ ਮੈਂ ਚੱਲ ਗਈ, ਫਿਰ ਦੂਸਰੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸ ਲਈ, ਠੀਕ ਹੈ। ਮੈਂ ਗਈ ਉੱਥੇ ਖੜੀ ਖੜੀ ਹੋ ਗਈ, ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ। ਫਿਰ ਮੈਨੂੰ ਕਹਿੰਦੇ ਆ ਕਿ ਤੂੰ ਨਾ ਨੀਚੇ ਆ ਕੇ, ਤੈਨੂੰ ਕਿਹਾ ਸੀ, ਤੈਨੂੰ ਕਿਹਾ ਨੀਚੇ ਆ। ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ, ਨੀਚੇ ਨਹੀਂ ਜਾਣਾ। ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ, ਫਿਰ ਮੈਨੂੰ ਕਹਿੰਦੇ ਆ ਕਿ ਦੂਜਾ ਬੰਦਾ ਇੱਕ ਆ ਕੇ ਕਹਿੰਦਾ, ਮੈਂ ਉਹਨਾਂ ਨੂੰ ਬੋਲਿਆ, ਮੈਂ ਕਿਹਾ ਮੈਂ ਵੀ ਕੁੜੀ ਹਾਂ, ਮੈਂ ਵੀ ਇਨਸਾਨ ਹਾਂ, ਠੀਕ ਆ ਨਾ, ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜ੍ਹਾ ਤੁਸੀਂ ਮੈਨੂੰ ਇੱਦਾਂ ਦਾ, ਮੈਂ ਬੋਲਦੀ ਪਈ ਸੀ ਹਾਲੇ। ਅਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ, ਮਾਰਿਆ। ਗਲਾਸ ਦੇ ਵਿੱਚ ਡਰਿੰਕ ਸੀਗੀ, ਹਾਂਜੀ, ਦਾਰੂ ਸੀਗੀ ਉਹਦੇ ਵਿੱਚ, ਸ਼ਰਾਬ ਸੀਗੀ ਉਹਦੇ ਵਿੱਚ। ਅਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ, ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲਈਆਂ ਮੇਰੀਆਂ, ਫਿਰ ਮੈਂ ਥੋੜ੍ਹਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾਂ ਗੂਲਾਂ ਜਿਹੜੀਆਂ ਕੱਢੀਆਂ ਵਾ ਜੀ, ਹਾਂ ਮੈਂ ਕੱਢੀਆਂ ਨੇ, ਕਿਉਂਕਿ ਇਨਸਾਨ ਆ ਮੈਂ, ਕੁੜੀ ਹਾਂ, ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ, ਪਰ ਹੈਗੀ ਤਾਂ ਇਨਸਾਨ। ਉਹਨਾਂ ਨੇ ਡਰਿੰਕ ਕੀਤੀ ਹੋਈ ਸੀ? ਹਾਂਜੀ ਜੀ ਬਿਲਕੁਲ, ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ, ਹਾਂਜੀ, ਸ਼ਰਾਬ 'ਚ ਰੱਜੇ ਹੋਏ ਸੀ, ਮਤਲਬ ਦਾਰੂ ਪੀਤੀ? ਹਾਂਜੀ ਹਾਂਜੀ ਬਿਲਕੁਲ। ਮੈਂ ਤਾਂ ਇਹ ਕਹਿੰਦੀ ਜੇ ਸ਼ਰਾਬ ਪੀਤੀ ਵੀ ਹੁੰਦੀ ਹੈ ਅਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ, ਮਾਵਾਂ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ, ਅਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨੂੰ ਹੀ ਕਿਉਂ ਇੱਦਾਂ ਦਾ ਰਿਐਕਟ ਕਰਦੇ ਨੇ? ਇਹ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ, ਕਿਉਂਕਿ ਹੁਣ ਕਾਰੋਬਾਰ ਤਾਂ ਜਾਂ ਕੰਮ ਤਾਂ ਕਰਨਾ ਹੀ ਕਰਨਾ ਵਾ? ਬਿਲਕੁਲ ਜੀ, ਵੀ ਜੇ ਹੁਣ ਜਿੱਦਾਂ ਤੁਸੀਂ ਸਟੇਜ ਪਰਫਾਰਮੈਂਸ ਕਰ ਰਹੇ ਹੋ, ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਪੜ੍ਹੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ, ਲੱਗਦਾ ਕਿਤੇ ਨਾ ਕਿਤੇ? ਹਾਂਜੀ ਬਿਲਕੁਲ, ਇਹ ਸਿਕਿਉਰਿਟੀ ਪਤਾ ਕੀ ਆ, 40% ਲੋਕ ਨਹੀਂ ਜਿਹੜੇ ਜਿਹੜੇ ਅੱਜ ਕੱਲ੍ਹ ਜਿਹੜੇ ਐਪ, ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ NRI ਹੁੰਦੀਆਂ, ਵਧੀਆ ਫੰਕਸ਼ਨ ਹੁੰਦੇ, ਮੈਂ ਫਰੈਂਡ ਡੀਜੇ ਨੂੰ ਕੋਦਰ ਦੇ ਨਾਲ ਕੰਮ ਕਰਦੀ ਰਹੀ ਹਾਂ। ਅਤੇ ਲਾਸਟ 'ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ, ਜਦੋਂ ਆਹ ਪ੍ਰੋਬਲਮ ਹੋਈ ਆ, ਅਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ ਕਿ ਸਾਡਾ ਨਾਂ ਨਹੀਂ ਹੈਗਾ ਵਿੱਚ, ਸਾਡੇ ਬੈਨਰ ਦਾ ਨਾਂ ਨਹੀਂ ਹੈਗਾ। ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ 'ਤੇ ਮੈਂ 3-4 ਸਾਲ ਕੰਮ ਕੀਤੇ ਆ। ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਿਟੀ ਕੋਈ ਨਹੀਂ ਹੈਗੀ ਸਾਡੀ, ਸਿਰਫ ਅਸੀਂ ਆਪਦੀ ਰਿਸਪੋਂਸੀਬਿਲਟੀ 'ਤੇ ਕੰਮ ਕਰਦੇ ਹਾਂ। ਅਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ, ਅਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ, ਜਿਹੜੇ ਲੋਕ ਕਹਿੰਦੇ ਨੇ ਇਹ ਕਾਹਦੀ ਮਜਬੂਰੀ ਹੋਈ ਜੀ, ਡਾਂਸ ਹੀ ਕਰਨਾ ਆ, ਚਲਿੱਤਰਤਾ ਹੀ ਕਰਨੀ ਆ, ਨਚੱਤਰਤਾ ਹੀ ਕਰਨੀ ਆ, ਤੁਸੀਂ ਹੋਰ ਵੀ ਕੰਮ ਕਰ ਲਓ। ਨਹੀਂ ਭਾਈ, ਮੈਂ ਤਾਂ ਡਾਂਸ ਕਰਨਾ, ਮੇਰੀ ਜੋਬ ਆ ਡਾਂਸ। ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ, ਤੁਹਾਡੇ ਨਾਲ ਖੜੇ ਹੋ? ਹਾਂਜੀ, ਤੁਹਾਡੇ ਗਰੁੱਪ ਨੇ ਸਟੈਂਡ ਲਿਆ? ਨਹੀਂ ਜੀ, ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ, ਤੂੰ ਚੁੱਪ ਕਰ ਜਾ। ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ? ਹਾਂਜੀ, ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰ ਦਿੱਤੀ ਸੀ ਕਿ ਤੂੰ ਜਾ ਇੱਥੋਂ। ਮੈਂ ਕਿਹਾ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ ਆ, ਠੀਕ ਹੈ। ਹਾਂਜੀ, ਉਹ ਮੈਂ ਤੁਹਾਨੂੰ ਦੱਸਿਆ ਨਾ, ਉਹ ਪੈਸੇ ਦੀ ਧੌਂਸ ਦਿਖਾ ਰਹੇ ਸੀ, ਅਤੇ ਮੈਂ ਸਗੋਂ ਗਰੁੱਪ ਵਾਲੇ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ, ਮੈਂ ਤੁਹਾਡਾ ਪੂਰਾ ਸੀਜ਼ਨ ਫ੍ਰੀ ਸ਼ੋਅ ਲਾਵਾਂਗੀ,
ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰ ਰਿਹਾ। ਹਾਂਜੀ ਹਾਂਜੀ, ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ। ਜਿਵੇਂ ਅੱਜ ਤੁਹਾਡੇ ਨਾਲ ਹੈ, ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਇਸ ਤਰ੍ਹਾਂ। ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਕੁਛ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ, ਕੁਛ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ, ਅਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰਾਂ, ਅਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ, ਹੈ ਨਾ, ਇੱਦਾਂ ਹੁੰਦਾ ਵਾ। ਅਤੇ ਪਰਿਵਾਰ ਨੇ ਤੁਹਾਡਾ ਸਾਥ ਦਿੱਤਾ, ਤੁਹਾਡਾ ਪਰਿਵਾਰ ਨਾਲ ਖੜਾ ਤੁਹਾਡੇ? ਹਾਂਜੀ ਹਾਂਜੀ ਬਿਲਕੁਲ, ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ। ਮੇਰੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ, ਮੈਂ ਕਹਿੰਦੀ ਹਾਂ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ, ਮੈਨੂੰ ਪਤਾ ਅਤੇ ਮੇਰੇ ਰੱਬ ਨੂੰ ਪਤਾ, ਠੀਕ ਹੈ ਨਾ। ਜੇ ਮੈਂ ਸਟੇਜ 'ਤੇ ਜਾ ਕੇ ਲੱਤਾਂ ਮਾਰਦੀ ਪਈ ਹਾਂ, ਇਟ ਮੀਨਸ ਕਿ ਮੈਂ ਸਹੀ ਕਰ ਰਹੀ, ਮੈਂ ਕੁਛ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਹਾਂ ਜੋ ਕਰ ਰਹੀ ਹਾਂ। ਅੱਛਾ, ਇੱਕ ਹਾਦਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ? ਹਾਂਜੀ, ਗੋਲੀ ਵਾਲਾ ਹਾਦਸਾ ਵਾਪਰਿਆ ਸੀ ਨਾ। ਹਾਂ, ਵੀ ਸਿਕਿਉਰ ਨਹੀਂ ਹੈਗਾ ਜਾਹੇ, ਇਹਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ। ਕਿਉਂ? ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ, ਉਹ ਪਾਰਟੀ ਖੁਸ਼ ਹੋਣੀ ਚਾਹੀਦੀ ਆ, ਪਾਰਟੀ ਖੁਸ਼ ਹੋਣੀ ਚਾਹੀਦੀ ਆ, ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਹੈ। ਚਲੋ ਠੀਕ ਹੈ, ਕਈ ਲੋਕ ਬਹੁਤ ਚੰਗੇ ਹੁੰਦੇ ਨੇ, ਬਹੁਤ ਵਧੀਆ, ਹੈ ਨਾ, ਕਈ ਲੋਕ ਸਾਨੂੰ ਕਹਿੰਦੇ ਵੀ ਨੇ। ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ, ਜੱਗੀ ਅਮਰਗੜੀਆ, ਉਹ ਸਾਨੂੰ ਕਹਿੰਦੇ ਕਿ ਤੁਸੀਂ ਉਹਨਾਂ ਆਡੀਅੰਸ ਵੱਲ ਨਹੀਂ ਦੇਖਣਾ, ਤੁਸੀਂ ਪਰਫੋਰਮ ਕਰਨੀ ਹੈ, ਸਿਰਫ ਤੁਸੀਂ ਪਰਫੋਰਮ ਕਰਨੀ ਆ, ਤੁਸੀਂ ਆਡੀਅੰਸ, ਸਾਨੂੰ ਆਡੀਅੰਸ ਨਾਲ ਮਤਲਬ ਨਹੀਂ ਹੈ, ਤੁਸੀਂ ਪਰਫੋਰਮ ਕਰਨੀ ਆ, ਠੀਕ ਹੈ। ਉਹ ਵੈਲ ਨੇ, ਅਤੇ ਬਾਕੀਆਂ ਨੂੰ ਇਹ ਹੁੰਦਾ ਕਿ ਸਾਨੂੰ ਇਨਾਮ ਮਿਲ ਜਾਵੇ, ਇਨਾਮ ਮਿਲ ਜਾਵੇ ਬਸ ਕੁੜੀਆਂ ਦੇ ਸਿਰ। ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ? ਪ੍ਰਸ਼ਾਸਨ ਕੀ ਹੁੰਦਾ ਵੈਸੇ? ਸਰਕਾਰ ਨੂੰ, ਅੱਛਾ, ਸਰਕਾਰ ਨੂੰ, ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰਾ ਖੁਦ ਦਾ ਪਰਸਨਲ ਮਾਮਲਾ ਵਾ ਇਹ, ਅਤੇ ਮੈਂ ਆਪਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹੁੰਦੀ ਹਾਂ। ਉਸ ਬੰਦੇ 'ਤੇ ਮੈਂ ਕੇਸ ਕਰਨਾ ਮਾਨਹਾਨੀ ਦਾ, ਚਾਹੇ ਕਿੰਨਾ ਟਾਈਮ ਵੀ ਚੱਲੇ, ਮੈਂ ਉਹ ਚੱਲਣ ਲਈ ਤਿਆਰ ਹਾਂ। ਜਿਹੜੀ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਆ, ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ? ਉਹ ਮੈਨੂੰ ਜਿਹੜਾ ਬੰਦੇ ਨੇ ਸਪੋਂਸਰ ਕੀਤਾ ਸੀ, ਲਾਡੀ ਗਿੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ, ਮੈਨੇਜਰ ਨੇ ਭੇਜੀ ਆ ਮੈਨੂੰ, ਮੈਂ ਫਿਰ ਆਪਦੇ ਸਟੇਟਸ 'ਤੇ ਪਾਈ ਆ, ਅਤੇ ਸਟੇਟਸ 'ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੂੰਗੇ ਤਾਂ ਕਰਾਉਂਗੇ, ਨਹੀਂ ਤਾਂ ਗਾਲਾਂ ਹੀ ਸੁਣੂੰਗੇ। ਤੇ ਹੁਣ ਪੁਲਿਸ ਤੋਂ ਕੰਪਲੇਂਟ ਕਰ ਦਿੱਤੀ ਗਈ ਤੁਹਾਡੇ? ਹਾਂਜੀ, ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਆ।